ਗੁੱਡ ਮਾਰਨਿੰਗ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਅੰਮ੍ਰਿਤਸਰ ਆ ਗਏ ਹਾਂ, ਹੁਣ ਸਾਡਾ ਫਿਰ ਅੰਮ੍ਰਿਤਸਰ ਵਾਲਾ ਜਿਹੜਾ ਟੂਰ ਆ ਉਹ ਸ਼ੁਰੂ ਹੋ ਗਿਆ ਹੋਇਆ ਵਾ, ਤੇ ਨਿਕਲ ਗਏ ਅਸੀਂ ਸਭ ਤੋਂ ਪਹਿਲਾਂ ਉਹ ਸਾਹਮਣੇ ਆਈਡੀਆ ਮਾਰਕੀਟ ਆ ਰਹੀ ਸਾਡੇ, ਤੇ ਅਸੀਂ ਇੱਥੇ ਜਾ ਰਹੇ ਹਾਂ ਗੋਰੀ ਦੀ ਹੱਟੀ, ਤੇ ਉਹਨਾਂ ਦੁਕਾਨ ਤੇ ਜਾਣਾ ਸੀਗਾ, ਕੁਛ ਸੂਟ ਸਾਟ ਵੇਖਣੇ ਸੀਗੇ, ਇੱਕ ਵੀਡੀਓ ਸ਼ੂਟ ਕਰਨੀ ਆ, ਸੋ ਉੱਧਰ ਜਾ ਰਹੇ ਹਾਂ ਪਹਿਲਾਂ। ਫਿਰ ਉੱਥੇ ਨਾਲ ਹੀ ਸ਼ਹੀਦਾਂ ਸਾਹਿਬ ਆ, ਬਾਬਾ ਜੀ ਦੀ ਕਿਰਪਾ ਹੋਈ ਤਾਂ ਮੱਥਾ ਵੀ ਟੇਕਾਂਗੇ, ਤੇ ਇੱਥੇ ਆਈਡੀਆ ਮਾਰਕੀਟ ਆ, ਇੱਥੇ ਵੀ ਆਉਣਾ ਵਾ ਮੈਂ ਸ਼ਾਪਿੰਗ ਕਰਨ ਵਾਸਤੇ, ਆਈ ਸ਼ੈਡੋ ਪੈਲਟ ਜੇ ਚਾਹੀਦੇ ਸੀਗੇ, ਸੋ ਇੱਧਰ ਵੀ ਆਵਾਂਗੇ। ਅੱਜ ਵਾਲਾ ਦਿਨ ਮੇਰਾ ਬਹੁਤ ਜ਼ਿਆਦਾ ਬਿਜ਼ੀ ਹੈਗਾ ਵਾ, ਸੋ ਬਣੇ ਰਹੋ ਅੱਜ ਵਾਲੀ ਵਲੌਗ ਦੇ। ਫਿਰ ਅਸੀਂ ਟੇਕਿਆ ਜੀ ਸ਼ਹੀਦਾਂ ਸਾਹਿਬ ਮੱਥਾ, ਅਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲੇ ਤਾਂ ਦੋ ਪਿਆਰੀਆਂ ਜੀ ਬੱਚੀਆਂ ਚੇਚਾ ਆਟੋ 'ਚ ਨਿਕਲ ਕੇ ਮੈਨੂੰ ਮਿਲੀਆਂ, ਅਤੇ ਆਹ ਸ਼ਹੀਦਾਂ ਸਾਹਿਬ ਦੇ ਨਾਲ ਹੀ ਮਾਰਕੀਟ ਹੈ, ਇੱਧਰੋਂ ਦੀ ਹੋ ਕੇ ਅਸੀਂ ਜਾਣਾ ਸੀਗਾ ਸ਼ੋਪ ਦੇ ਉੱਤੇ, ਸੋ ਤੁਰ ਤੁਰ ਕੇ ਗਏ। ਬੜੇ ਚਿਰ ਬਾਅਦ ਇਸ ਮਾਰਕੀਟ 'ਚ ਮੈਂ ਆਈ ਹਾਂ, ਅਤੇ ਉਸ ਤੋਂ ਬਾਅਦ ਘਰ ਆਏ, ਅਤੇ ਘਰ ਆ ਕੇ ਵੇਖਿਆ ਵਾਲਾ ਨਜ਼ਾਰਾ, ਬਾਹਰ ਮੰਜਾ ਡਾਹ ਕੇ ਬੈਠੇ ਆ, ਅਤੇ ਉੱਥੇ ਖੇਡਣ ਦੇ ਸਾਰੇ ਨਿਆਣੇ, ਮਤਲਬ ਬੋਰ ਹੁੰਦੇ ਸੀ ਅੰਦਰ ਕਮਰੇ 'ਚ ਵੜ ਵੜ ਕੇ, ਸੋ ਬਾਹਰ ਮੰਜਾ ਡਾਹ ਕੇ ਖੇਡਣ ਦੇ ਸੀ, ਅਤੇ ਆਉਂਦੇ ਸ਼ੈਤਾਨੀਆਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ। ਇਹ ਉਹ ਬੰਦੇ ਨੇ ਜਿਹੜੇ ਮਗਰੋਂ ਆਉਂਦੇ ਨੇ ਵੀਡੀਓ ਪਾਓ, ਤੇ ਹੁਣ ਵੀਡੀਓ 'ਚ ਲੁਕਦੇ ਫਿਰਦੇ ਨੇ। ਕਿੱਥੇ ਆਏ ਹੋ? ਆਹ ਕਿੱਧਰ ਲਈ ਜਾਂਦੇ? ਯੈਸ ਬੈਂਕ 'ਚ ਵੜੀ ਆਉਣੀ ਹੈ, ਇੱਧਰ ਨਹੀਂ ਖਾਤਾ ਹੈਗਾ ਆਪਣਾ। ਅਸੀਂ ਅਨਿਲ ਸਟੋਰ ਤੇ ਚੱਲੇ ਹਾਂ ਫਿਲਹਾਲ, ਨਿਆਮਤ ਦੇ ਕੱਪੜੇ ਵੇਖਣੇ ਆ, ਤੇ ਅੱਜ ਸਵੇਰ ਦਾ ਵਲੌਗ ਨਹੀਂ ਬਣਾਇਆ, ਅੱਜ ਤੀਸਰਾ ਦਿਨ ਹੈ ਅੱਜ, ਤੇ ਬੁਟੀਕ ਤੇ ਗਏ ਸੀ, ਇੱਕ ਦੀਦੀ ਹੈਗੇ ਨੇ ਮੇਰੇ ਨੋਨ ਨੇ, ਉਹਨਾਂ ਕੋਲ ਗਈ ਸੀ ਬੁਟੀਕ ਤੇ, ਤੇ ਹੁਣ ਆਪਾਂ ਇੱਥੇ ਅਨਿਲ ਸਟੋਰ ਤੇ ਆਏ ਹਾਂ, ਇੱਥੋਂ ਨਿਆਮਤ ਲਈ ਕੱਪੜੇ ਵੇਖਾਂਗੇ। ਕਵਲ ਮੈਨੂੰ ਕੁਝ ਗਿਫਟ ਲੈ ਕੇ ਦੇਣਾ ਚਾਹੁੰਦੇ ਨੇ, ਪਤਾ ਨਹੀਂ ਕੀ ਸਰਪ੍ਰਾਈਜ਼ ਹੀ ਆ, ਇਹਦੇ ਅੰਦਰ ਜਾ ਕੇ ਪਤਾ ਲੱਗੂਗਾ। ਮਤਲਬ ਸੂਟ ਵੇਖਣ ਤੋਂ ਬਾਅਦ ਮੈਂ ਵੇਖੇ ਜੀ ਆਪਣੇ ਲਈ ਟੌਪ, ਉਹ ਮੈਂ ਦੂਸਰੀ ਸ਼ੋਪ ਦੇ ਉੱਤੇ ਗਈ ਸੀਗੀ, ਉੱਥੋਂ ਵੇਖੇ ਆਪਣੇ ਵਾਸਤੇ ਟੌਪ, ਅਤੇ ਪਰ ਮੈਨੂੰ ਇੱਕੋ ਹੀ ਪਸੰਦ ਆਇਆ, ਅਤੇ ਨਾਲ ਇੱਕ ਆਪਾਂ ਪੈਂਟ ਲੈ ਲਈ ਜਿਹੜੀ ਆਪਾਂ ਚੰਡੀਗੜ੍ਹ ਆ ਗਏ ਹਾਂ ਅਤੇ ਅੰਮ੍ਰਿਤਸਰ ਛੱਡ ਆਏ ਹਾਂ। ਸੋ ਰਾਤ ਨੂੰ ਇੱਕ ਕੁੜੀ ਮਹਿੰਦੀ ਲਾਉਣ ਆਈ ਸੀ, ਮੇਰੇ ਬਹੁਤ ਸੋਹਣੀ ਮਹਿੰਦੀ ਲਾਉਂਦੇ ਨੇ, ਇਹਨਾਂ ਦੇ ਇੰਸਟਾਗ੍ਰਾਮ 'ਤੇ ਆਈਡੀ ਟੈਗ ਰੋਮਾ ਆਰਟਿਸਟ ਕਰਕੇ ਇਹਨਾਂ ਦਾ ਨਾਮ ਹੈ ਇੰਸਟਾਗ੍ਰਾਮ ਪੇਜ ਹੈ, ਤੁਹਾਡੇ ਘਰੇ ਵੀ ਮਹਿੰਦੀ ਲਾਉਣ ਆ ਜਾਣਗੇ, ਔਰ ਬਹੁਤ ਸੋਹਣੀ ਮਹਿੰਦੀ ਲਾਉਂਦੇ ਇਹ ਵੀ ਕੁੜੀ, ਅਸਲ 'ਚ ਇਹ ਸੱਚੀ ਗੱਲ ਹੈ ਵੀ ਬਹੁਤ ਸੋਹਣੀ ਮਹਿੰਦੀ ਲਾਉਂਦੇ, ਤੁਸੀਂ ਵੇਖ ਹੀ ਸਕਦੇ ਹੋ, ਅਤੇ ਭਾਬੀ ਦੇ ਵੀ ਲਾਈ ਸੀ, ਮੇਰੇ ਵੀ ਲਾਈ ਸੀ, ਅਤੇ ਸਾਨੂੰ ਦੋਨਾਂ ਨੂੰ ਇਹਨਾਂ ਦੀ ਲਾਈ ਹੋਈ ਮਹਿੰਦੀ ਬਹੁਤ ਪਸੰਦ ਆਈ, ਇੰਸਟਾਗ੍ਰਾਮ 'ਤੇ ਸਰਚ ਕਰ ਲਓ। ਸੋ ਇਹ ਹੈ ਜੀ ਨੈਕਸਟ ਡੇ ਦੀ ਵੀਡੀਓ, ਜਾਣੀ ਕਿ 17 ਤਰੀਕ ਨੂੰ ਅਸੀਂ ਜਾ ਰਹੇ ਹਾਂ ਵਾਪਸ ਮੋਹਾਲੀ, ਇੱਕ ਤੀਜ ਦਾ ਫੰਕਸ਼ਨ ਹੀ ਅਟੈਂਡ ਕਰਨ ਲਈ ਜਾ ਰਹੀ, ਅਤੇ ਰੰਗ ਬਹੁਤ ਸੋਹਣਾ ਚੜਿਆ ਸੀਗਾ ਸਵੇਰੇ ਸਵੇਰੇ, ਅਸੀਂ ਦੋਸਤੋ ਵਾਪਸ ਜਾ ਰਹੇ ਹਾਂ ਅੱਜ ਮੋਹਾਲੀ, ਫੰਕਸ਼ਨ ਸੀਗਾ ਇੱਕ ਤੀਜ ਦਾ ਅਟੈਂਡ ਕਰਨਾ ਆ, ਅਤੇ ਬੱਚੇ ਸਾਰੇ ਅੰਮ੍ਰਿਤਸਰ ਨੇ ਦੋਵੇਂ ਦਾਦੀ ਕੋਲ, ਅਤੇ ਮੈਂ ਉਹ ਫੰਕਸ਼ਨ ਅਟੈਂਡ ਕਰਨ ਲਈ ਅਸੀਂ ਮੋਹਾਲੀ ਜਾ ਰਹੇ ਹਾਂ। ਰਸਤੇ 'ਚ ਆਰਾਮ ਸੰਸ 'ਤੇ ਰੁਕੇ ਹਾਂ ਕੁਛ ਬ੍ਰੇਕਫਾਸਟ ਲਈ, ਅਸੀਂ ਮਤਲਬ 3 ਘੰਟੇ 'ਚ ਮੋਹਾਲੀ ਪਹੁੰਚ ਚੱਲੇ ਹਾਂ, ਬਹੁਤ ਤੇਜ਼ ਭਜਾਇਆ, ਅਤੇ ਰੰਗ ਆਪਣੀ ਮਹਿੰਦੀ ਦਾ ਸੋਹਣਾ ਚੜ ਗਿਆ। ਹੈਂ ਜੀ ਮਿਲਟਾ ਔਰ ਕੱਢੀ ਉਹਨੇ ਛੁੜੀਆਂ, ਮੈਂ ਵੇਖਦੀ ਮੈਂ ਕੀ ਖਾਣਾ, ਤੁਸੀਂ ਆਪਣਾ ਵੇਖੋ। ਦੋਸਤੋ ਫੂਡ ਅਸੀਂ ਚੈੱਕ ਕੀਤਾ ਸੀ ਰਾਮਸੰਸ ਦੇ, ਪਰ ਖਾਧਾ ਆ ਕੇ 3B2 ਦੀ ਮਾਰਕੀਟ 'ਚ, ਕਿਉਂਕਿ ਉੱਥੇ ਸਾਨੂੰ ਪੂੜੇ ਛੋਲੇ ਪੂੜੀਆਂ ਮਿਲੀਆਂ ਨਹੀਂ, ਅਤੇ ਫਿਰ ਅਸੀਂ ਇੱਥੇ ਆ ਕੇ ਖਾਧਾ, ਅਤੇ ਆਹ ਪਹੁੰਚ ਗਿਆ ਜੀ ਅਸੀਂ ਫੰਕਸ਼ਨ ਦੇ ਉੱਤੇ, ਤੀਜ ਦਾ ਫੰਕਸ਼ਨ ਸੀਗਾ ਖਰੜ ਮੋਹਾਲੀ ਦੇ ਵਿੱਚ, ਅਤੇ ਇਹ ਭੈਣਾਂ ਨੇ ਕਰਾਇਆ ਸੀ, ਬੜੀਆਂ ਪਿਆਰੀਆਂ ਸੀ ਸਾਰੀਆਂ ਹੀ ਭੈਣਾਂ, ਛੋਟੀਆਂ ਛੋਟੀਆਂ ਬੱਚੀਆਂ ਬੋਲੀਆਂ ਪਾਉਣ ਡੀਆਂ ਨੇ। ਬਹੁਤ ਧੰਨਵਾਦ ਭੈਣੇ, ਹੈ ਨਾ, ਸਾਨੂੰ ਬਹੁਤ ਖੁਸ਼ੀ ਹੋ ਰਹੀ, ਹੈ ਨਾ, ਸਾਡਾ ਸੁਪਨਾ ਸੀ ਵੀ ਤੁਹਾਨੂੰ ਬੁਲਾਉਣਾ ਹੀ ਬੁਲਾਉਣਾ ਜਿਵੇਂ ਮਰਜ਼ੀ ਕਰਕੇ। ਸੋ ਇਹ ਆ ਗਿਆ ਜੀ ਰੱਖੜੀ ਵਾਲਾ ਦਿਨ, ਚਾਰੇ ਭੈਣ ਭਰਾ ਤਿਆਰ ਹੋ ਕੇ ਬੈਠੇ ਨੇ ਰੱਖੜੀ ਵਾਸਤੇ, ਆਲਮ ਦੀ ਇਹ ਪਹਿਲੀ ਰੱਖੜੀ ਹੈ, ਅਤੇ ਨਿਆਮਤ ਦੀ ਦੂਜੀ, ਅਤੇ ਨਿਆਮਤ ਹੈ ਜੀ ਅੱਜ ਦੀ ਸਾਡੀ ਚੀਫ ਗੈਸਟ ਕਹਿ ਲਓ, ਅਤੇ ਮਤਲਬ ਬਸ ਸਾਰੇ ਕਦੀ ਇੱਧਰ ਕਦੀ ਉੱਧਰ, ਅਤੇ ਆਹ ਨਿਆਮਤ ਆਪਣੇ ਵੀਰਾਂ ਵਾਸਤੇ ਬਾਕਸ ਬਣਵਾ ਕੇ ਲਿਆਈ ਸੀ ਰੱਖੜੀ ਦੇ, ਆਲਮ 'ਤੇ ਇਬਾਦਤ ਦੇ ਲਈ, ਅਤੇ ਮਰੋਜ਼ ਵਾਸਤੇ ਵੀ ਵੱਖਰਾ ਸੀਗਾ,
ਤੇ ਫਿਰ ਸਾਰਿਆਂ ਨੇ ਛਕੇ ਸਮੋਸੇ, ਭੂਆ ਜੀ ਹੁਣੀ ਆਏ ਹੋਏ ਸੀ, ਕਵਲ ਦੇ ਭੂਆ ਜੀ ਹੁਣੀ ਸੀ, ਤੇ ਸਾਰੇ ਜਣੇ ਪਹਿਲਾਂ ਸਮੋਸੇ ਖਾ ਰਹੇ ਨੇ। ਫਿਰ ਨਿਆਮਤ ਨੇ ਬੰਨੀ ਸ਼ੁਰੂ ਕੀਤੀ ਸੀ ਰੱਖੜੀ, ਸਭ ਤੋਂ ਪਹਿਲਾਂ ਆਪਣੇ ਵੱਡੇ ਭਰਾ ਨੂੰ ਬੰਨੀ, ਜਾਣੀ ਕਿ ਇਬਾਦਤ ਨੂੰ। ਸੋ ਨਿਆਮਤ ਰੱਖਦੀ ਸੀਗੀ ਤੇ ਮੈਂ ਨਾਲ ਉਹਦੇ ਫਿਰ ਗੰਢ ਮਾਰ ਕੇ ਦਿੰਦੀ ਸੀ, ਪਰ ਬੜੀ ਖੁਸ਼ ਸੀਗੀ, ਮਤਲਬ ਇਹਨੂੰ ਪਤਾ ਜਿਹਾ ਲੱਗ ਗਿਆ ਵੀ ਇੱਦਾਂ ਰੱਖੜੀ ਬੰਨੀ ਦੀ ਆ, ਤੇ ਬੜੀ ਖੁਸ਼ ਹੋ ਕੇ ਬੰਨਦੀ ਪਈ ਸੀ। ਫਿਰ ਆਈ ਮਰੋਜ਼ ਦੀ ਵਾਰੀ, ਉਸ ਨੇ ਮੇਰੇ ਕੋਲ ਨਾ ਸਵੇਰ ਦੇ ਪੈਸੇ ਮੰਗਣੇ ਸ਼ੁਰੂ ਕਰਤੇ ਸੀ ਕਿ ਮੰਮਾ ਮੈਨੂੰ ਪੈਸੇ ਦਿਓ, ਮੈਂ ਨਿਆਮਤ ਨੂੰ ਦੇਣੇ ਤੇ, ਆ ਫਿਰ ਉਹਨੇ ਜੇਬ ਚੋਂ ਕੱਢ ਕੇ ਦਿੱਤੇ, ਬੜਾ ਖੁਸ਼ ਸੀਗਾ ਵੀ ਮੈਂ ਨਿਆਮਤ ਨੂੰ ਪੈਸੇ ਦਿੱਤੇ। ਇਬਾਦਤ ਨੇ ਦਿੱਤਾ ਜੀ ਗਿਫਟ ਦੇ ਵਿੱਚ ਆਪਣੀ ਭੈਣ ਨੂੰ ਸੂ। ਉਸ ਤੋਂ ਬਾਅਦ ਵਾਰੀ ਆਈ ਜੀ ਆਲਮ ਸਿੰਘ ਦੀ, ਆਲਮ ਸਿੰਘ ਦੀ ਇਹ ਪਹਿਲੀ ਰੱਖੜੀ ਹੈ ਤੇ ਨਿਆਮਤ ਬਣ ਰਹੀ ਆਲਮ ਨੂੰ ਰੱਖੜੀ। ਨਿਆਮਤ ਨੇ ਸਭ ਤੋਂ ਪਹਿਲਾਂ ਨਾਮ ਆਲਮ 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 ਕਰਨਾ ਹੀ ਸਿੱਖਿਆ ਸੀਗਾ, ਤੇ ਦੂਜਾ ਡੌਗ, ਨਿਆਮਤ ਕਹਿੰਦੀ ਹੈ ਡੌ ਡੌ, ਉਹਨੂੰ ਡੌਗ ਬਹੁਤ ਪਸੰਦ ਨੇ। ਸੋ ਆ ਨਿਆਮਤ ਰੱਖੜੀ ਬੰਨ ਰਹੀ ਹੈ ਆਪਣੇ ਛੋਟੇ ਵੀਰੇ ਨੂੰ, ਤੇ ਪਰ ਉੱਧਰ ਨਿਆਮਤ ਦਾ ਧਿਆਨ ਪੈ ਗਿਆ, ਉਹ ਜਗਨ ਵਾਲੀ ਰੱਖੜੀ 'ਚ। ਤੇ ਨਿਆਮਤ ਕਹਿੰਦੀ ਮੈਨੂੰ ਉਹ ਚਾਹੀਦੀ ਹੈ, ਬੰਨਣ ਬੁੰਨਣ ਦਾ ਧਿਆਨ ਉਹਦਾ ਗਿਆ। ਦਾਦੀ ਤੇ ਪਹਿਲਾਂ ਚੱਲ ਗਈ, ਨਿਆਮਤ ਮੇਰੇ ਕਵਲ ਦੇ ਭੂਆ ਜੀ ਬਣ ਰਹੇ ਨੇ ਰੱਖੜੀ ਡੈਡੀ ਜੀ ਨੂੰ, ਤੇ ਸਾਰੇ ਜਣੇ ਇਕੱਠੇ ਹੋਏ ਸੀ। ਦੋ ਭੂਆ ਨੇ ਕਵਲ ਦੀਆਂ, ਦੋਨੋਂ ਆਏ ਹੋਏ ਸੀ, ਨਾਲ ਉਹਨਾਂ ਦੀ ਗੁੜੀਆ ਸੀਗੀ ਇੱਕ, ਤੇ ਇੱਕ ਗੁੜੀਆ ਬਾਹਰ ਗਈ ਹੈ। ਸੋ ਮਿਸ ਕਰ ਰਹੇ ਸੀ ਜਿਹੜੇ ਬਾਹਰ ਗਏ ਸੀ ਉਹਨਾਂ ਨੂੰ। ਆ ਭੂਆ ਜੀ ਹੁਣ ਕਵਲ ਨੂੰ ਰੱਖੜੀ ਬੰਨ ਰਹੇ ਆ। ਤੁਸੀਂ ਪਹਿਲਾਂ ਚੀਜ਼ੀਆਂ ਖਾ ਲਓ। ਇਹ ਹੁਣ ਭੂਆ ਜੀ ਰੱਖੜੀ ਬੰਨ ਰਹੇ ਨੇ ਮੇਰੇ ਜੀਸ਼ ਜੀ ਨੂੰ, ਤੇ ਉਸ ਤੋਂ ਬਾਅਦ ਇਹ ਜਸ਼ਨ ਹੈ ਕਵਲ ਦੀ ਭੂਆ ਦੀ ਬੇਟੀ, ਤੇ ਉਹਨਾਂ ਨੇ ਬਾਪੂ ਜੀ ਨੂੰ ਰੱਖੜੀ ਬੰਨੀ। ਕਵਲ ਜੀ ਨੇ, ਬਾਪੂ ਜੀ ਨੇ ਸਾਡੇ ਘਰ ਦੇ ਸਾਰਿਆਂ ਤੋਂ ਵੱਡੇ, ਇਹਨਾਂ ਦਾ ਇੰਟਰਵਿਊ ਤੁਹਾਨੂੰ ਛੇਤੀ ਮਿਲੂਗਾ। ਉਸ ਤੋਂ ਬਾਅਦ ਮੰਮੀ ਰੱਖੜੀ ਬੰਨ ਰਹੇ ਨੇ ਫੁੱਫੜ ਜੀ ਨੂੰ, ਤੇ ਫਿਰ ਗੁੜੀਆ ਦੇ ਰੱਖੜੀ, ਗੁੜੀਆ ਨਹੀਂ ਜਸ਼ਨ ਨੇ ਰੱਖੜੀ ਬੰਨੀ, ਮੇਰੇ ਘਰ ਦਾ ਨਾਮ ਅਸੀਂ ਗੁੜੀਆ ਕਹਿੰਦੇ ਹਾਂ। ਸੋ ਬਾਅਦ 'ਚ ਇਹਨਾਂ ਨੇ ਭਾਬੀ ਜੀ ਦੀ ਰੱਖੜੀ ਬੰਨੀ, ਇਹਨੇ ਮੇਰੀ ਜਠਾਣੀ ਜੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਲੈ ਕੇ ਆਓ ਲੈ ਕੇ ਆਓ, ਤੇ ਆਹ ਨੇ ਸਾਡੇ ਭੂਆ, ਇਹਨਾਂ ਨੇ ਫਿਰ ਰੱਖੜੀ ਬੰਨੀ ਡੈਡੀ ਜੀ ਨੂੰ। ਸੋ ਇਸ ਤਰ੍ਹਾਂ ਹੀ ਸਾਰੇ ਜਣੇ ਆਏ ਸੀ, ਰੌਣਕਾਂ ਲੱਗੀਆਂ ਸੀ। ਪੇਕੇ ਘਰ 'ਚ ਗਈ ਸੀਗੀ ਮੈਂ ਇੱਕ ਦਿਨ ਪਹਿਲਾਂ, ਥੋੜ੍ਹੀ ਦੇਰ ਲਈ ਗਈ ਸੀਗੀ, ਤੇ ਪਰ ਮੈਂ ਉੱਥੇ ਸ਼ੂਟ ਬਹੁਤਾ ਨਹੀਂ ਕਰ ਪਾਈ। ਸ਼ੂਟ ਇਸ ਕਰਕੇ ਨਹੀਂ ਕਰ ਪਾਈ ਵੀ ਉੱਥੇ ਜਾ ਕੇ ਨਾ ਮੇਰਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਹੁੰਦਾ, ਕਿਉਂਕਿ ਮੇਰਾ ਥੋੜ੍ਹਾ ਮੂਡ ਆਫ ਹੋ ਜਾਂਦਾ ਮੰਮੀ ਕਰਕੇ, ਫਿਰ ਸ਼ੂਟਿੰਗ ਵੱਲ ਥੋੜ੍ਹਾ ਜਿਹਾ ਧਿਆਨ ਹੀ ਨਹੀਂ ਜਾਂਦਾ ਵੀ ਹਾਂ ਵਲੋਗ ਵੀ ਬਣਾ ਲਈਏ। ਸੋ ਇਬਾਦਤ ਨੂੰ ਵੀ ਛੋਟੀਆਂ ਛੋਟੀਆਂ ਪਿਆਰੀਆਂ ਸਪਾਈਡਰਮੈਨ ਵਾਲੀਆਂ ਰੱਖੜੀਆਂ ਮਿਲੀਆਂ ਬੱਚਿਆਂ ਨੂੰ, ਤੇ ਬੱਚੇ ਬਹੁਤ ਖੁਸ਼ ਸੀ ਇਹ ਲੈ ਕੇ। ਇਮਰੋਜ਼ ਤੇ ਝੱਟ ਗਵਾ ਲੈਂਦਾ ਪਰ ਇਬਾਦਤ ਸਾਂਭ ਕੇ ਰੱਖਦਾ। ਇਮਰੋਜ਼ ਨੇ ਤੇ ਬਸ ਇੱਕ ਦਿਨ ਹੀ ਮਸਾ ਕੱਢਣਾ ਹੁੰਦਾ, ਤੇ ਆਹ ਸਾਡਾ ਇਹ ਵੀਡੀਓ ਹੈ ਜੀ ਮੇਰੇ ਛੋਟੇ ਬ੍ਰਦਰ ਦੀ, ਜੋ ਕਿ ਬਾਹਰ ਹੈ ਤੇ ਉਹਨੂੰ ਮੈਂ ਰੱਖੜੀਆਂ ਭੇਜੀਆਂ ਸੀ, ਤੇ ਉਹ ਵਿਚਾਰਾ ਆਪੇ ਰੱਖੜੀ ਬੰਨਦਾ ਪਿਆ ਆ। ਸੋ ਇਹ ਥੋੜ੍ਹੇ ਜਿਹੇ ਘਾਟੇ ਹੁੰਦੇ ਨੇ ਬਾਹਰ ਗਿਆਂ ਦੇ, ਕੀ ਕਰੀਏ। ਤੇ ਉਸ ਤੋਂ ਬਾਅਦ ਮੰਮੀ ਨੂੰ ਰੱਖੜੀ ਬੰਨ ਰਹੇ ਨੇ ਵੱਡੇ ਭੂਆ ਜੀ। ਉਸੇ ਦਿਨ ਅਸੀਂ ਰੱਖੜੀਆਂ ਬੰਨਣ ਤੋਂ ਬਾਅਦ ਤੁਰ ਪਏ ਜੀ ਮੋਹਾਲੀ ਵੱਲ ਨੂੰ, ਬਾਏ ਬਾਏ ਕਰਕੇ ਸਾਰਿਆਂ ਨੂੰ, ਕਿਉਂਕਿ ਅਗਲੇ ਦਿਨ ਇਮਰੋਜ਼ ਦੇ ਸਕੂਲ ਵੀ ਜਾਣਾ ਸੀਗਾ। ਚਲੋ ਆਨੰਦ ਪਾਏ ਕਰੋ, ਚੰਗਾ ਲੱਗਾ ਹੋਊਗਾ, ਚੰਗਾ ਲੱਗਾ ਹੋਵੇ ਤੇ ਸਬਸਕ੍ਰਾਈਬ ਕਰ ਦਿਓ, ਤੇ ਵਲੌਗਸ ਨੂੰ ਵੀ ਚੰਗੀ ਤਰ੍ਹਾਂ ਦਿਆ ਕਰੋ, ਫਿਰ ਮੇਰਾ ਪੌਂਡ ਸੇਵ ਵੀ ਕਰ ਦਿਓ ਜਦੋਂ ਤੁਸੀਂ ਵਲੌਗ ਨਹੀਂ ਵੇਖਦੇ ਯਾਰ। ਤੇ ਕਈ ਲੋਕ ਕਹਿੰਦੇ ਨੇ ਵਲੌਗ ਪਾਓ ਵਲੌਗ ਪਾਓ, ਬਸ ਉਹਨਾਂ ਕਰਕੇ ਫਿਰ ਵਲੌਗ ਪਾ ਦਿੰਦਾ। ਸੋ ਵਲੌਗਸ ਵੇਖਿਆ ਕਰੋ ਤੇ ਫਿਰ ਹੀ ਪਾਇਆ ਕਰੂੰਗੀ। ਥੈਂਕ ਯੂ ਸੋ ਮਚ ਦੋਸਤੋ।